ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਵਾਦਿਤ ਬਿਆਨ ਤੇ ਭੜਕੇ ਵਕੀਲ ਕੀਤਾ ਜੰਮ ਕੇ ਰੋਸ ਪ੍ਰਦਰਸ਼ਨ। ਕੀ ਹੈ ਇਹ ਮਾਮਲਾ, ਦੇਖੋ ਪੂਰੀ ਖਬਰ। ਕੀ ਮਸਲਾ ਹੈਗਾ? ਮਸਲਾ ਇਹ ਹੈ ਜੀ ਵੀ ਮੌਜੂਦਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੋ ਖਡੂਰ ਸਭਾ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਉਮੀਦਵਾਰ ਵੀ ਨੇ, ਉਹਨਾਂ ਨੇ ਬਹੁਤ ਹੀ ਵਾਹਿਆਦ ਕਿਸਮ ਦੀ ਟਿੱਪਣੀ ਇੱਕ ਵਕੀਲ ਭਾਈਚਾਰੇ ਨੂੰ ਲੈ ਕੇ ਕੀਤੀ ਆ, ਜਿਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜਾ ਵਕੀਲ ਭਾਈਚਾਰਾ ਹੈਗਾ ਆ ਚੰਦ ਪੈਸਿਆਂ ਦੀ ਖਾਤਰ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਦੀਆਂ ਜ਼ਮਾਨਤਾਂ ਕਰਵਾ ਦਿੰਦੇ ਆ, ਔਰ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਆ ਵੀ ਇਹਨਾਂ ਇਸ ਭਾਈਚਾਰੇ ਦਾ ਜਿਹੜਾ ਆ ਸੋਸ਼ਲੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਵੇ। ਇਸ ਗੱਲ ਦਾ ਸਾਰਾ ਵਕੀਲ ਭਾਈਚਾਰਾ ਆ, ਸਮੂਹ ਵਕੀਲ ਭਾਈਚਾਰਾ ਪੂਰੇ ਪੰਜਾਬ ਅਤੇ ਹਰਿਆਣੇ ਦਾ ਡਟ ਕੇ ਵਿਰੋਧ ਕਰਦਾ ਆ, ਔਰ ਇਸੇ ਸੰਦਰਭ ਦੇ ਵਿੱਚ ਕੱਲ੍ਹ ਦੀ ਹੜਤਾਲ ਜਿਹੜੀ ਆ ਵਕੀਲ ਭਾਈਚਾਰੇ ਵੱਲੋਂ ਪੂਰੇ ਪੰਜਾਬ ਪੱਧਰ ਦੇ ਉੱਤੇ ਕੰਮਕਾਜ ਠੱਪ ਕਰਨ ਲਈ ਕਾਲ ਕੀਤੀ। ਸਰ ਆਪਣੇ ਕਾਨੂੰਨੀ ਰਾਏ ਤੁਹਾਡੇ ਕੀ ਹੈਗੀ ਜੇ ਉਹਨੂੰ ਤੁਹਾਡੇ ਖਿਲਾਫ਼ ਬੋਲਿਆ ਹੈਗਾ, ਕੀ ਐਕਸ਼ਨ ਲਓਗੇ ਤੁਸੀਂ? ਦੇਖੋ ਅਸੀਂ ਉਹਨਾਂ ਦੇ ਖਿਲਾਫ਼ ਜਾਂ ਤਾਂ ਉਹ ਅਨਕੰਡੀਸ਼ਨਲ ਮਾਫ਼ੀ ਮੰਗਣ ਸਾਰੇ ਵਕੀਲ ਭਾਈਚਾਰੇ ਦੇ ਕੋਲੋਂ, ਨਹੀਂ ਤਾਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ਼ ਕਰਾਂਗੇ। ਅਸੀਂ ਉਹਨਾਂ ਦੇ ਖਿਲਾਫ਼ ਚੋਣ ਕਮਿਸ਼ਨ ਨੂੰ ਵੀ ਜਿਹੜੀ ਆ ਕੱਲ੍ਹ ਕੰਪਲੇਂਟ ਫਾਈਲ ਕਰਾਂਗੇ ਜੇ ਉਹਨਾਂ ਨੇ 24 ਘੰਟੇ ਦੇ ਵਿੱਚ ਮਾਫ਼ੀ ਨਾ। ਤੁਹਾਡੀ ਜਿੰਪਾ ਜੀ ਨਾਲ ਗੱਲ ਹੋਈ? ਜਿੰਪਾ ਜੀ ਨਾਲ ਅਸੀਂ 2 ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫੋਨ ਦਾ ਚੱਕਣਾ ਜ਼ਰੂਰੀ ਨਹੀਂ ਸਮਝਿਆ। ਅੱਜ ਸਾਡੇ ਹੁਸ਼ਿਆਰਪੁਰ ਬਾਰ ਦੇ ਸਾਰੇ ਮਾਨਯੋਗ ਵਕੀਲ ਸਾਹਿਬ ਨੇ ਅਰਜੈਂਟ ਮੀਟਿੰਗ ਕੀਤੀ ਆ, ਜੋ ਕਿ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਟਰਾਂਸਪੋਰਟ ਮੰਤਰੀ, ਉਹਨਾਂ ਨੇ ਵਕੀਲਾਂ ਖਿਲਾਫ਼ ਵਿਵਾਦਿਤ ਬਿਆਨ ਦਿੱਤਾ ਜਿਹਦੇ ਬਾਰੇ ਭਾਰਦਵਾਜ ਸਾਹਿਬ ਤੁਹਾਨੂੰ ਡਿਟੇਲ 'ਚ ਦੱਸ ਚੁੱਕੇ ਆ, ਅਤੇ ਇਹੋ ਜਿਹੇ ਵਿਵਾਦਿਤ ਬਿਆਨ ਦੇਣ ਲਈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਪਹਿਲੇ ਜਦੋਂ ਇਹਨਾਂ ਨੇ ਇਲੈਕਸ਼ਨ ਲੜਨੀ ਸੀਗੀ, ਕੇਜਰੀਵਾਲ ਸਾਹਿਬ ਨੇ ਕਿਹਾ ਸੀ ਮੈਨੂੰ 85,000 ਵਕੀਲ ਸਪੋਰਟ ਕਰਨ ਪੰਜਾਬ ਦੇ, ਮੈਂ ਇਹਨਾਂ ਨੂੰ ਚੈਂਬਰ ਫ੍ਰੀ ਸਭ ਕੁਝ ਫ੍ਰੀ ਦਿਆਂਗਾ, ਸਹੂਲਤਾਂ ਦਿਆਂਗਾ। ਹੁਣ ਇਹ ਵਕੀਲਾਂ ਦੇ ਖਿਲਾਫ਼ ਹੀ ਵਿਵਾਦਿਤ ਬਿਆਨ ਦੇ ਰਹੇ ਆ, ਇਹਨਾਂ ਦੇ ਮਤਲਬ ਕਿੰਨਾ ਜ਼ਿਆਦਾ ਇਹਨਾਂ ਨੂੰ ਘਮੰਡ ਆਪਣੀ ਪਾਵਰ 'ਤੇ ਹੋ ਗਿਆ। ਸਾਡੀ ਬਾਕੀ ਜੋ ਸਾਡੇ ਨਾਲ ਹੁਸ਼ਿਆਰਪੁਰ ਵਕੀਲਾਂ ਨਾਲ ਇਹਨਾਂ ਨੇ ਕੀਤਾ, ਸਾਡਾ ਜੁਡੀਸ਼ੀਅਲ ਕੰਪਲੈਕਸ 'ਚ ਇੱਕ ਰੁਪਇਆ ਨਹੀਂ ਇਹਨਾਂ ਨੇ ਦਿੱਤਾ, ਕੋਈ ਮਦਦ ਨਹੀਂ ਕੀਤੀ, ਕੋਈ ਗ੍ਰਾਂਟ ਨਹੀਂ ਦਿੱਤੀ, ਜਦਕਿ ਪੁਰਾਣੀ ਗ੍ਰਾਂਟ ਜਿਹੜੀ ਆਈ ਆ ਉਹ ਵੀ ਵਾਪਸ ਲੈ ਗਏ ਸੀਗੇ। ਔਰ ਪਿਛਲੇ ਸਾਲ ਹੁਸ਼ਿਆਰਪੁਰ ਦੇ ਸਾਰੇ ਵਕੀਲ ਜਿਹੜੇ ਬਿਨਾਂ ਬਿਜਲੀ ਪਾਣੀ ਤੋਂ ਗਰਮੀਆਂ ਵਿੱਚ ਸਾਰੀਆਂ ਕੱਢੀਆਂ ਬੜੀ ਬੁਰੀ ਤਰ੍ਹਾਂ, ਔਰ ਕਿਸੇ ਨੇ ਇੱਥੇ ਆ ਕੇ ਵਕੀਲਾਂ ਦੀ ਸਾਰ ਨਹੀਂ ਲਈ, ਔਰ ਜੋ ਇਹਨਾਂ ਦੇ ਐਕਟ ਐਂਡ ਕੰਡਕਟ ਹੈਗੇ ਆ ਇਹਨਾਂ ਦੇ ਖਿਲਾਫ਼ ਕ੍ਰਿਮੀਨਲ ਕੇਸ ਫਾਈਲ ਕੀਤੇ ਜਾਊਗੇ, ਜੋ ਵੀ ਕਾਰਵਾਈ ਬਣਦੀ ਅਸੀਂ ਠੋਕੇ ਕੰਮ ਕਰਾਂਗੇ। ਸਰ ਵੋਟਾਂ ਦਾ ਟਾਈਮ ਹੈਗਾ, ਕੀ ਕਹਿਣਾ ਇਹਦੇ ਬਾਰੇ? ਵੋਟਾਂ ਦੇ ਵਿੱਚ ਇਹਨਾਂ ਨੂੰ ਜੇ ਵੋਟਾਂ 'ਚ ਇੱਦਾਂ ਦਾ ਗੱਲਾਂ ਬੋਲ ਰਹੇ ਇਲੈਕਸ਼ਨ ਵੋਟਾਂ ਲੈਣ ਵੇਲੇ, ਤੇ ਇਹ ਬਾਅਦ ਦੇ ਵਿੱਚ ਕੀ ਕਰਨਗੇ? ਇਹਨਾਂ ਨੂੰ ਕੋਈ ਵੋਟ ਦੇਣ ਦਾ ਕੋਈ ਹੱਕ ਨਹੀਂ ਹੈਗਾ, ਇਹਨਾਂ ਦਾ ਖਿਲਾਫ਼ ਐਜੂਕੇਸ਼ਨ ਇਹਨਾਂ ਦੇ ਕਰਨੀ ਚਾਹੀਦੀ ਹੈ। ਨਵਜੋਤ ਸਿੰਘ ਮਾਨ, ਵਾਈਸ ਪ੍ਰੈਜੀਡੈਂਟ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ। ਜੋ ਵਿਵਾਦਿਤ ਬਿਆਨ ਲਾਲਜੀਤ ਭੁੱਲਰ, ਕੈਬਨਿਟ ਮਿਨਿਸਟਰ ਪੰਜਾਬ ਨੇ ਵਕੀਲ ਭਾਈਚਾਰੇ ਲਈ ਦਿੱਤਾ ਹੈ, ਉਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ, ਅਤੇ ਇਸੇ ਵਿਵਾਦਿਤ ਬਿਆਨ ਦੇ ਮੱਦੇਨਜ਼ਰ ਕੱਲ੍ਹ ਪੰਜਾਬ ਲੈਵਲ 'ਤੇ ਅਤੇ ਸਾਡੀ ਬਾਰ ਨੇ ਵੀ ਨੋ ਵਰਕ ਡੇ ਰੱਖਿਆ ਹੈ। ਮੇਰੀ ਵਕੀਲਾਂ ਨੂੰ
ਗੁਜ਼ਾਰਿਸ਼ ਹੈ ਕਿ ਕੋਈ ਵੀ ਵਕੀਲ ਕਿਸੇ ਵੀ ਅਦਾਲਤ ਵਿੱਚ ਪੇਸ਼ ਨਾ ਹੋਵੇ ਤਾਂ ਕਿ ਇਸ ਸਰਕਾਰ ਨੂੰ ਅਤੇ ਲਾਲਜੀਤ ਭੁੱਲਰ ਨੂੰ ਅਕਲ ਦਿੱਤੀ ਜਾ ਸਕੇ। ਵੋਟਾਂ ਦੇ ਚੋਣਾਂ ਦੇ ਨਜ਼ਦੀਕ ਆ ਕੇ ਇੱਦਾਂ ਦੇ ਬਿਆਨ ਦੇਣਾ ਕਿੰਨਾ ਕੁ ਜਾਇਜ਼ ਸਮਝਦੇ ਹੋ? ਇਹ ਸਿਰਫ ਬਿਆਨ ਆਪਣੇ ਵੋਟ ਬੈਂਕ ਨੂੰ ਮੱਦੇਨਜ਼ਰ ਰੱਖ ਕੇ ਦਿੰਦੇ ਆ। ਪਿਛਲੇ ਸਾਲ ਪਹਿਲਾਂ ਵਕੀਲਾਂ ਕੋਲ ਵੋਟਾਂ ਮੰਗਦੇ ਸੀ, ਹੁਣ ਸਾਡੇ ਖਿਲਾਫ਼ ਹੀ ਬਿਆਨ ਦਿੰਦੇ ਆ। ਜੇ ਅਗਰ ਲਾਲਜੀਤ ਭੁੱਲਰ ਬਿਨਾਂ ਸ਼ਰਤ ਮਾਫ਼ੀ ਨਹੀਂ ਮੰਗਦਾ ਤਾਂ ਪੰਜਾਬ ਲੈਵਲ 'ਤੇ ਵਕੀਲ ਭਾਈਚਾਰਾ ਵੱਡੇ ਲੈਵਲ 'ਤੇ ਸੰਘਰਸ਼ ਕਰੇਗਾ ਅਤੇ ਆਉਂਦੀਆਂ ਚੋਣਾਂ ਵਿੱਚ ਇਹਨਾਂ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪਵੇ।